ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਪਟਿਆਲਾ ਜ਼ਿਲ੍ਹੇ 'ਚ ਬਹੁਤ ਬਲ ਮਿਲਿਆ। ਬੜੇ ਨੇਕ ਇਨਸਾਨ, ਬੜੇ ਮਿਹਨਤੀ ਇਨਸਾਨ ਜਿਨ੍ਹਾਂ ਨੇ ਦੇ ਵਿੱਚ ਸੇਵਾ ਦੀ ਭਾਵਨਾ ਹੈ, ਪ੍ਰੋਫੈਸਰ ਸੁਮੇਰ ਸੀਰਾ ਜੀ। ਕਈ ਲੋਕ ਰੋਜ਼ ਮਿਲਦੇ ਮੈਨੂੰ, ਜਦੋਂ ਪ੍ਰੋਫੈਸਰ ਸੀਰਾ ਜੀ ਮਿਲੇ, ਉਹਨਾਂ ਦੇ ਵਿਚਾਰ ਸੁਣੇ, ਉਹਨਾਂ ਗੱਲਾਂ ਸੁਣੀਆਂ, ਉਹਨਾਂ ਦੇ ਕੰਮ ਬਾਰੇ ਪਤਾ ਕੀਤਾ। ਦੇਖੋ, ਜ਼ਮੀਨ ਨਾਲ ਜੁੜੇ ਹੈ, ਗਰੀਬ ਨਾਲ ਜੁੜੇ ਹੈ। ਕਈ ਲੋਕ ਰਾਜ ਕਰਨ ਵਾਸਤੇ ਆਉਂਦੇ ਹੈ, ਕਈ ਲੋਕ ਸੇਵਾ ਕਰਨ ਵਾਸਤੇ ਆਉਂਦੇ। ਸ਼੍ਰੋਮਣੀ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ ਦਾ ਆਹੀ ਫਰਕ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਵਾਜ਼ ਹੈ, ਕੌਮ ਦੀ ਆਵਾਜ਼ ਹੈ। ਤੁਹਾਡੀ ਭਾਵਨਾ ਨੂੰ ਸਮਝਣ ਵਾਲੀ ਪਾਰਟੀ ਹੈ, 103 ਸਾਲ ਪੁਰਾਣੀ ਪਾਰਟੀ ਹੈ। 103 ਸਾਲਾਂ 'ਚ ਰਾਜ ਮਕਸਦ ਨਹੀਂ ਸੀ ਉਹਨਾਂ ਦਾ, ਜ਼ੁਲਮ ਦੇ ਖਿਲਾਫ ਲੜਨਾ ਮਕਸਦ ਸੀ। ਇਕੱਲੇ 20 ਸਾਲ ਰਾਜ ਕੀਤਾ, 80 ਸਾਲ ਤੋਂ ਵੱਧ ਤੱਕ ਇਕੱਲੇ ਉਹਨਾਂ ਨੇ ਮੋਰਚੇ ਲਾਏ, ਸਟਰਗਲ ਕੀਤਾ ਕਿਸਾਨੀ ਵਾਸਤੇ, ਗਰੀਬ ਵਾਸਤੇ, ਪੰਜਾਬ ਵਾਸਤੇ, ਕੌਮ ਵਾਸਤੇ। ਮਾਣ ਮੈਨੂੰ ਬਖਸ਼ਿਆ, ਮੈਂ ਇਹ ਅਹਿਸਾਨ ਕਦੇ ਨਹੀਂ ਭੁੱਲ ਸਕਦਾ ਜੀ। ਹਾਂ, ਮੇਰੇ ਵੱਲੋਂ ਇੱਕ ਵਾਅਦਾ ਹੈ ਕਿ ਜਿੰਨੀ ਦੇਰ ਇਹ ਸਾਹ ਚੱਲ ਰਿਹਾ ਹੁਣ, ਮੈਂ ਸਰਦਾਰ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇੱਕ ਤਾਣ ਕੇ ਚੱਲੂੰਗਾ।